एकोंकार सतना करता पुरख निरपौ निर्वै अकाल मूरत अजूनी सैभंग गुरु प्रसाद जप आदि सच जुगाद सच है भी सच ਨਾਨਕ ਹੋਸੀ ਵੀ ਸਚ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਠੰਡੇ ਰੇਗਿਸਤਾਨੀ ਇਲਾਕੇ ਲਦਾਖ ਯੂਨੀਅਨ ਟੈਰੀਟਰੀ ਦੀ ਰਾਜਧਾਨੀ ਲੇ ਤੋਂ ਤਕਰੀਬਨ 25 ਕਿਲੋਮੀਟਰ ਦੀ ਦੂਰੀ ਤੇ 12000 फीट ਦੀ ਉਚਾਈ ਤੇ ਸ਼੍ਰੀਨਗਰ ਲੇ ਹਾਈਵੇ ਤੇ ਮੌਜੂਦ ਹੈ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਜਿੱਥੇ ਤੱਕ ਅਸੀਂ ਆਪਣੀ ਗੱਡੀ ਪ੍ਰਾਈਵੇਟ ਟੈਕਸੀ ਜਾਂ ਫਿਰ ਬੱਸ ਰਾਹੀਂ ਆਸਾਨੀ ਨਾਲ ਪਹੁੰਚ ਸਕਦੇ ਹਾਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ ਪਰਮਾਤਮਾ ਇੱਕ ਹੀ ਹੈ ਇਸ ਦਾ ਸੁਨੇਹਾ ਸਭ ਨੂੰ ਦਿੰਦੇ ਹੋਏ ਲੇ ਤੋਂ ਕਾਰਗਿਲ ਜਾਂਦੇ ਹੋਏ 1517 ਈਸਵੀ ਵਿੱਚ ਇਸ ਜਗ੍ਹਾ ਤੇ ਪਹੁੰਚੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਥਿਤ ਇਸ ਪਹਾੜੀ ਤੇ ਉਸ ਵੇਲੇ ਇੱਕ ਰਾਖਸ਼ ਰਹਿ ਕਰਦਾ ਸੀ ਜੋ ਲੋਕਾਂ ਨੂੰ ਬਹੁਤ ਤੰਗ ਕਰਦਾ ਸੀ ਤੇ ਉਹਨਾਂ ਨੂੰ ਮਾਰ ਕੇ ਖਾ ਜਾਂਦਾ ਸੀ। ਗੁਰੂ ਜੀ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਪਹਾੜੀ ਦੇ ਹੇਠਾਂ ਨਦੀ ਕਿਨਾਰੇ ਆਸਨ ਲਗਾ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਏ। ਮੌਕਾ ਪਾ ਕੇ ਰਾਖਸ਼ ਨੇ ਸਮਾਧੀ ਵਿੱਚ ਲੀਨ ਗੁਰੂ ਜੀ ਨੂੰ ਮਾਰਨ ਲਈ ਪਹਾੜ ਤੋਂ ਇੱਕ ਵੱਡਾ ਪੱਥਰ ਹੇਠਾਂ ਸੁੱਟ ਦਿੱਤਾ। ਪਰ ਜਿਵੇਂ ਹੀ ਪੱਥਰ ਨੇ ਗੁਰੂ ਜੀ ਨੂੰ ਸਪਰਸ਼ ਕੀਤਾ ਤਾਂ ਉਹ ਮੋਮ ਵਿੱਚ ਬਦਲ ਗਿਆ ਤੇ ਇਸ ਵਿੱਚ ਗੁਰੂ ਜੀ ਦੇ ਸਰੀਰ ਦਾ ਪਿਛਲਾ ਹਿੱਸਾ ਧਸ ਗਿਆ ਰਾਖਸ਼ਸ ਨੇ ਪਹਾੜੀ ਤੋਂ ਹੇਠਾਂ ਉਤਰ ਕੇ ਜਦੋਂ ਗੁਰੂ ਜੀ ਨੂੰ ਸਹੀ ਸਲਾਮਤ ਵੇਖਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਆਪਣਾ ਸੱਜਾ ਪੈਰ ਪੱਥਰ ਤੇ ਮਾਰਿਆ ਤਾਂ ਉਸ ਦਾ ਪੈਰ ਵੀ ਪੱਥਰ ਵਿੱਚ ਧਸ ਗਿਆ ਫਿਰ ਰਾਖਸ਼ਸ ਨੂੰ ਗਿਆਨ ਹੋਇਆ ਗੁਰੂ ਜੀ ਪਰਮਾਤਮਾ ਦੇ ਹੀ ਇੱਕ ਰੂਪ ਹਨ ਤੇ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਉਨ੍ਹਾਂ ਤੋਂ ਮਾਫੀ ਮੰਗੀ ਗੁਰੂ ਜੀ ਨੇ ਰਾਖਸ਼ ਨੂੰ ਉਪਦੇਸ਼ ਦਿੱਤਾ ਕਿ ਲੋਕਾਂ ਦੀ ਭਲਾਈ ਦਾ ਕੰਮ ਕਰਕੇ ਹੀ ਉਸ ਦੇ ਜੀਵਨ ਦਾ ਕਲਿਆਣ ਹੋ ਸਕਦਾ ਹੈ ਰਾਖਸ਼ ਨੇ ਗੁਰੂ ਜੀ ਦੀ ਗੱਲ ਮੰਨ ਕੇ ਦੂਜਿਆਂ ਦੀ ਭਲਾਈ ਕਰਕੇ ਆਪਣਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਕੁਝ ਸਮਾਂ ਇੱਥੇ ਬਿਤਾਉਣ ਤੋਂ ਬਾਅਦ ਕਾਰਗਿਲ ਹੁੰਦੇ ਹੋਏ ਕਸ਼ਮੀਰ ਕਾਟੀ ਚਲੇ ਗਏ ਵਾਹਿਗੁਰੂ 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 ਤੇਰਾ ਸਭ ਸਦਕਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਵਾਹਿਗੁਰੂ ਆ ਵਾਹਿਗੁਰੂ 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 ਜੇਕਰ ਅਸੀਂ ਫਿਜ਼ੀਕਲੀ ਫਿੱਟ ਹਾਂ ਅਤੇ ਸਾਡੇ ਕੋਲ ਸਮਾਂ ਵੀ ਹੈ ਤਾਂ ਅਸੀਂ ਤਕਰੀਬਨ 15 ਤੋਂ 20 ਮਿੰਟ ਵਿੱਚ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਦੇ ਸਾਹਮਣੇ ਸਥਿਤ ਉਸ ਪਹਾੜੀ ਦੇ ਉੱਪਰ ਵੀ ਜਾ ਸਕਦੇ ਹਾਂ ਜਿੱਥੇ ਕੀ ਉਹ ਰਾਖਸ਼ ਰਹਿੰਦਾ ਸੀ ਆਕਸੀਜਨ ਦੀ ਘਾਟ ਹੋਣ ਕਾਰਨ ਪੌੜੀਆਂ ਚੜ੍ਹਨ ਵੇਲੇ ਸਾਹ ਬਹੁਤ ਜਲਦੀ ਚੜਦਾ ਹੈ ਪਰ ਵਾਹਿਗੁਰੂ ਜੀ ਦਾ ਜਾਪ ਤਨ ਅਤੇ ਮਨ ਨੂੰ ਸ਼ਕਤੀ ਦਿੰਦਾ ਹੈ ਅਤੇ ਹੌਸਲਾ ਬਣਾਏ ਰੱਖਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੀ ਦੇਖਰੇਖ ਭਾਰਤੀ ਫੌਜ ਕਰਦੀ ਹੈ ਅਤੇ ਇਸ ਦੇ ਨੇੜੇ ਰਹਿਣ ਲਈ ਕੋਈ ਹੋਟਲ ਜਾਂ ਸਰਾ ਨਹੀਂ ਹੈ ਵਾਹਿਗੁਰੂ 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 ਤੇਰਾ ਸਭ ਸਦਕਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਵਾਹਿਗੁਰੂ ਆ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ